21 ਜੂਨ ਨੂੰ ਕਮਾਂਤਰੀ ਵਿਸ਼ਵ ਯੋਗ ਦਿਵਸ ਨੂੰ ਲੈ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ ਅਤੇ ਕਈ ਥਾਈਂ ਵਿਸ਼ੇਸ਼ ਯੋਗ ਕੈਂਪ ਲਗਾਏ ਜਾ ਰਹੇ ਨੇ ਇਸੇ ਲੜੀ ਤਹਿਤ ਫਰੀਦਕੋਟ ਵਿੱਚ ਕਿ ਅਰੋਗਿਆ ਭਾਰਤੀ ਵੱਲੋਂ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਯੋਗ ਦਿਵਸ ਨੂੰ ਸਮਰਪਿਤ ਯੋਗ ਕੈਂਪ ਅੱਜ ਲਗਾਇਆ ਗਿਆ ਇਸ ਕੈਂਪ ਵਿੱਚ ਆਰਟ ਆਫ ਲੀਵਿੰਗ ਦੇ ਯੋਗ ਮਹਾਰਾ ਨੇ ਲੋਕਾਂ ਨੂੰ ਯੋਗ ਦੇ ਗੁਰ ਦੱਸੇ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਸ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਢਾਲਣ ਲਈ ਪ੍ਰੇਰਿਤ ਕੀਤਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਭਾਗ ਲੈ ਕੇ ਯੋਗਾਸਨਾਂ ਦੀ ਸਿਖਲਾਈ ਲਈ ਅਰੋਗਿਆ ਭਾਰਤੀ ਦੇ ਮੈਂਬਰ ਡਾਕਟਰ ਕੇਂਦਰ ਸ਼ੇਖਰ ਨੇ ਦੱਸਿਆ ਕਿ ਕੋ ਮੰਤਰੀ ਯੋਗ ਦਿਵਸ ਸੰਬੰਧੀ ਪ੍ਰੋਗਰਾਮਾਂ ਤਹਿਤ ਫਰੀਦਕੋਟ ਜ਼ਿਲ੍ਹੇ ਵਿੱਚ 7 ਥਾਈ ਯੋ ਕੈਂਪ ਲਗਾਏ ਗਏ